ਹੈਲੋ ਜੀ, ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਮਹਿੰਦਰ ਮੁਸਕਾਨ, ਮੈਂ ਠੀਕ ਠਾਕ ਹੈ ਜੀ। ਉਮੀਦ ਕਰਦੇ ਹਾਂ ਕਿ ਤੁਸੀਂ ਵੀ ਠੀਕ ਹੀ ਹੋਵੋਗੇ। ਅੱਜ ਪਹਿਲਾਂ ਮੌਸਮ ਦੀ ਗੱਲ ਕਰ ਲਈ ਜੀ। ਅਸੀਂ ਇੱਥੇ ਕਰਮਨ ਸ਼ਹਿਰ ਆ ਜੀ, ਸੈਂਟਰ ਵੈਲੀ ਇਹਨੂੰ ਕਹਿੰਦੇ ਆ, ਕੈਲੀਫੋਰਨੀਆ ਦਾ ਇਹਨੂੰ ਗੱਭਾ ਸੈਂਟਰ ਕਹਿ ਲਓ। ਅਸੀਂ ਬਿਲਕੁਲ ਸੈਂਟਰ 'ਚ ਰਹਿੰਦੇ ਜੀ। ਇੱਥੇ ਅੱਜ 94 ਡਿਗਰੀ ਆ। ਤਾਂ ਲੋਸ ਏਂਜਲਸ ਹੈਗੀ ਆ, ਇਹ ਸਾਊਥ ਵਿੱਚ ਆ, ਇੱਥੇ 72 ਡਿਗਰੀ ਆ। 70-72 ਹੈਗੀ ਆ ਨੌਰਥ ਵਿੱਚ, ਸੈਨ ਫਰਾਂਸਿਸਕੋ ਸਾਈਡ। ਉਹ ਹੈਗੇ ਸਮੁੰਦਰ ਦੇ ਕੰਢੇ 'ਤੇ, ਕਿਉਂਕਿ ਉਹ ਜਿੱਦਾਂ ਦਿੱਲੀ ਬੰਬੇ ਵੱਡੇ ਸ਼ਹਿਰ ਆ, ਉੱਥੇ ਖੇਤੀਬਾੜੀ ਨਹੀਂ ਹੁੰਦੀ, ਉੱਥੇ ਘੱਟ ਆ ਗਰਮੀ। ਸਾਡੇ ਇੱਥੇ ਇਸ ਕਰਕੇ ਗਰਮੀ ਹੁੰਦੀ ਆ ਕਿਉਂਕਿ ਇੱਥੇ ਖੇਤੀਬਾੜੀ ਹੁੰਦੀ ਆ, ਪਾਣੀ ਲੱਗਦਾ ਜ਼ਮੀਨ ਨੂੰ। ਆਪਣੇ ਬਦਾਮ, ਪਿਸਟੈਚੀਓ ਜਿਹਨੂੰ ਪਿਸਤਾ ਕਹਿੰਦੇ ਆ, ਦਾਖ ਹੁੰਦਾ ਤਾਂ ਸਾਰਾ ਕੁਛ, ਅਖਰੋਟ ਹੁੰਦਾ ਤਾਂ ਸਾਰਾ ਕੁਛ ਆ, ਹਦਵਾਣਾ, ਮੂਲੀ, ਮਟਰ, ਹਰੇਕ ਚੀਜ਼ ਹੁੰਦੀ, ਹਰੇਕ ਸਬਜ਼ੀ ਹੁੰਦੀ ਆ, ਚੱਪਣ, ਕੱਦੂ, ਜੋ ਮਰਜ਼ੀ ਲੈ ਲਓ। ਤਾਂ ਜ਼ਿਆਦਾ 90% ਦਾਖ ਔਰ ਬਦਾਮੇ ਹੁੰਦਾ, ਬਾਕੀ ਇੱਥੇ ਗੰਨਾ ਵਗੈਰਾ ਨਹੀਂ ਹੁੰਦਾ। ਗੰਨਾ ਤਾਂ ਘਰਾਂ 'ਚ ਲੋਕਾਂ ਨੇ ਚੂਪਣ ਚਾਪਣ, ਇੰਡੀਅਨ ਬੰਦਿਆਂ ਨੇ ਜਾਂ ਮੈਕਸੀਕਨ ਲੋਕਾਂ ਨੇ ਲਾਇਓ, ਰਸ ਰੁਸ ਥੋੜ੍ਹੀ ਬਹੁਤੀ ਪੀਣ ਨੂੰ, ਤਾਂ ਉੱਦਾਂ ਨਹੀਂ ਹੁੰਦਾ ਗੰਨਾ ਇੱਥੇ। ਗੰਨਾ ਇੱਥੇ ਹੁੰਦਾ ਜੀ, ਇੱਕ ਹਵਾਈ ਸਟੇਟ ਆ ਪਾਣੀ ਦੇ ਵਿੱਚ, ਇੱਧਰ ਆਸਟ੍ਰੇਲੀਆ ਸਾਈਡ, ਫਿਜੀਅਲ ਉੱਧਰ ਹੁੰਦਾ ਗੰਨਾ ਬਹੁਤ, ਉੱਥੇ ਸਾਰਾ ਗੰਨਾ ਹੀ ਹੁੰਦਾ। ਤਾਂ ਚਲੋ ਇਹ ਹੋ ਗਏ ਜੀ ਮੌਸਮ ਦੀ ਗੱਲ। ਬਾਕੀ ਮੈਨੂੰ ਆ ਮਲਕੀਤ ਭਾਅ ਜੀ ਦਾ ਇੱਕ ਗਾਣਾ ਆਇਆ ਸੀ ਜੀ, ਕਾਲੀ ਐਨਕ ਨਾਂ ਲਾਇਆ ਕਰਨੀ ਤੂੰ ਪਹਿਲੇ ਸੋਹਣੀ ਆ। ਆ ਮੈਂ ਕਾਲੀਆਂ ਐਨਕਾਂ ਲਾਈਆਂ, ਸ਼ਕੀਨੀ ਲਈ ਨਹੀਂ ਲਾਈਆਂ ਜੀ। ਕਈ ਲੋਕ ਸ਼ਕੀਨੀ ਲਏ ਸਿਆਲ ਨੂੰ ਵੀ ਕਾਲੀਆਂ ਐਨਕਾਂ ਲਾਈ ਫਿਰਦੇ ਹੁੰਦੇ ਆ, ਉਹ ਹੁੰਦੀਆਂ ਸ਼ਕੀਨੀ ਦੀਆਂ। ਇਹ ਐਨਕਾਂ ਹੈਗੀਆਂ ਜੀ ਗਰਮੀ ਤੋਂ, ਅੱਜ 94 ਡਿਗਰੀ ਆ, ਤਾਂ ਇਹ ਲਾਈਆਂ ਜੀ। ਕਹਿੰਦੇ ਸਿਰ ਔਰ ਅੱਖਾਂ ਜ਼ਰੂਰ ਤੁਹਾਨੂੰ ਕਵਰ ਕਰਨੀਆਂ ਚਾਹੀਦੀਆਂ, ਇਹ ਸੇਫਟੀ ਵਾਸਤੇ ਲਾਈਆਂ ਜੀ। ਆ ਜੂਨ ਜੁਲਾਈ ਦੇ ਵਿੱਚ ਗਰਮੀ ਬਹੁਤ ਪੈਂਦੀ ਆ, ਅੱਜ 94 ਡਿਗਰੀ ਆ ਇੱਥੇ। ਤਾਂ ਬਾਕੀ ਬੇਨਤੀ ਕੀਤੀ ਜਾਂਦੀ ਆ, ਆਈ ਰਿਕੁਐਸਟ ਟੂ ਯੂ ਸਬਸਕ੍ਰਾਈਬ ਟੂ ਮਾਈ ਚੈਨਲ ਪੰਜਾਬੀ ਅਮੈਰੀਕਨ ਬਲੌਗਸ ਪਲੀਜ਼। ਕਿਰਪਾ ਕਰਕੇ ਮੇਰੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ, ਜੇ ਘਰ ਬੈਠਿਆਂ ਨੇ ਅਮਰੀਕਾ ਦੀ ਸੈਰ ਕਰਨੀ ਆ। ਕਿਆ ਚੈਨਲ ਦਾ ਨਾਂ? ਪੰਜਾਬੀ ਅਮੈਰੀਕਨ ਬਲੌਗ, ਉਹਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤੁਸੀਂ। ਬਾਕੀ ਠੀਕ ਹੈ, ਥੈਂਕ ਯੂ ਵੈਰੀ ਮੱਚ, ਧੰਨਵਾਦ, ਸ਼ੁਕਰੀਆ।